सही बात है, कहा जा एनडीआरएफ की टीम भी जाता है। ਸਾਰਾ ਤਾਂ ਤੇ ਸ਼ਿਫਟ ਕੀਤੇ ਹੈ ਬੱਚੇ ਜਿਹੜੇ ਹੈਗੇ ਬਾਕੀ ਸਰ ਇੱਕ ਜੋਲੀ ਵਾਟਰ ਵਰਕਸ ਤੇ ਵੀ ਇਹ ਸਾਡੀ ਟੀਮ ਰਾਤ ਨੂੰ 2 ਵਜੇ ਵੀ ਲੱਗੇ ਰਹੇ ਹੈ ਸਰ ਇੱਥੇ ਵੀ ਟੀਮਾਂ ਲੱਗੀਆਂ ਹੋਈਆਂ ਨੇ ਤਾਂ ਕਿ ਸਰ ਨਹੀਂ ਬੱਚੇ ਔਰ ਬਜ਼ੁਰਗ ਖਾਣੇ ਪੀਣੇ ਦੀ ਪ੍ਰੋਬਲਮ ਨਹੀਂ ਨਹੀਂ ਸਰ ਸਾਰਾ ਕਰ ਦਿੱਤਾ ਸਰ ਤੇ ਹੁਣ ਪਾਣੀ ਹਜੇ ਚੱਲੇ ਨਹੀਂ ਥੋੜਾ ਬਹੁਤ ਹੈ ਸਰ ਉਹ ਅਭੀ ਅਗਰ ਕੰਟੀਨਿਊ ਨਹੀਂ ਰਹੇਗਾ ਤਾਂ ਉਹ ਸਰ ਕਲੀਅਰ ਹੋ ਜਾਏਗਾ ਸਰ ਬਾਕੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਲੱਗੇ ਹੋਏ ਸਰ ਸਾਰਾ ਕੱਢ ਰਹੇ ਔਰ पंप्स भी लगाए हैं डिस्ट्रिक्ट एडमिनिस्ट्रेशन ने सर वाटर लॉगिंग को क्लियर कर आगे आगे है। अच्छा आगे डाफ तो नहीं है नहीं, नहीं, निकल रहा है ऐसा नहीं है सर वहाँ पर पीछे था सर डाफ लेकिन वो जेई को बता दिया सर वो कर देंगे कोई नहीं कुदरती आफत है थोड़े नाल खड़ा है कोई किसी किस्म की कोई दिक्कत हो गई एनडीआरएफ की टीम हैगी है डीसी साहब खड़े ने मोहाली के एसएसपी साहब है तो घबरा नहीं किसी गल तो कुदरती आफत अच्छा इतने अपने मैं हूँ ही चेक करा फिलहाल इस गल नहीं फिलहाल घट तो घट नुकसान हो कुदरती आफत का बाकी केड़ा इलीगल लीगल असी तो वैसे सरकार अपनी तो पारदर्शी है ਅਸਤਾ ਕੋਈ ਲੀਗਲ ਚੀਜ਼ ਨਹੀਂ ਰਹਿਣ ਦੇਵਾਂਗੇ ਬਾਨ ਸਾਹਿਬ ਇੱਕ ਜੋਟ ਕਲੋਨੀ ਇੱਥੇ ਆ ਉਹਦੇ ਨਾਲ ਇੱਕ ਪੰਚਵੱਟੀ ਸੋਸਾਇਟੀ ਆ ਉੱਥੇ ਇੱਕ ਪਰਿਵਾਰ ਦਾ ਮਤਲਬ ਇੱਕ ਬਿਲਡਿੰਗ ਟੈਗ ਹੀ ਉਹਨਾਂ ਦੀ ਆ ਮੈਨੂੰ ਪਤਾ ਲੱਗਿਆ ਦੇਖੋ ਕੀ ਹੈ ਕਿ ਸਾਰੇ ਪੰਜਾਬ ਦੇ ਵਿੱਚ ਪੰਜਾਬ 'ਚ ਮੀਂਹ ਘੱਟ ਹੈ ਹਜੇ ਕਿਉਂਕਿ ਉੱਪਰੋਂ ਪਹਾੜਾਂ 'ਤੇ ਮੀਂਹ ਬਹੁਤ ਜ਼ਿਆਦਾ ਤਾਂ ਪਾਣੀ ਇੱਧਰ ਨੂੰ ਆ ਰਿਹਾ ਤਾਂ ਅਸੀਂ ਸਪੈਸ਼ਲ ਗੁਰਦਾਰੀਆਂ ਵੀ ਕੰਮ ਕਰਾਵਾਂਗੇ ਲੋੜ ਪਈ ਕਿਸੇ ਦਾ ਘਰ ਢਹਿ ਗਿਆ ਕਿਸੇ ਦਾ ਪਸ਼ੂਆਂ ਦਾ ਨੁਕਸਾਨ ਹੋ ਗਿਆ ਕਿਸੇ ਦਾ ਕੋਈ ਵੀ ਕਿਸੇ ਦਾ ਨੁਕਸਾਨ ਹੋ ਗਿਆ ਪੰਜਾਬ ਸਰਕਾਰ ਨਾਲ ਕਰੋ 150 ਪਸ਼ੂ ਵੀ ਸਰ ਇਵੈਕੂਏਟ ਕਰਾਏ ਬਿਲਡਿੰਗ ਡਿੱਗੀ ਬਣਾ ਦੋ ਮੈਂ ਪਬਲਿਕ ਵੱਧ ਤਾਂ ਆਇਆ कुछ इलीगल जी प्रोसेस बनी पहला नहीं।